ਸਾਰਿਆਂ ਦਾ ਸਾਡੇ ਇੱਕ ਹੋਰ ਬਲੌਗ ਦੇ ਵਿੱਚ ਅਤੇ ਮਿੱਤਰੋ ਅੱਜ ਆਪਾਂ ਆਏ ਹਾਂ ਐਮ ਪੀ ਫਲੋ ਪਾਉਣ ਅਤੇ ਤੁਹਾਨੂੰ ਵਿਖਾਉਂਦੇ ਹਾਂ ਟਰੈਕਟਰ ਦਾ ਕੀ ਰਿਸਪੋਂਸ ਆ ਅਤੇ ਵੇਟ ਵੂਟ ਅੱਗੇ ਰਖਾ ਤੇ ਤੁਹਾਨੂੰ ਵਿਖਾ ਦਿੰਦੇ ਹਾਂ ਸਭ ਕੁਛ। ਆਹ ਵੇਖੋ ਵੇਟ ਵੂਟ ਤਾਂ ਰੱਖਤੇ ਸੀ, ਚੱਲ ਅਸੀਂ ਬੰਨ ਤੇ ਮਿੱਟੀ ਦਾ ਬੋਰਾ ਵਧੀਆ ਕਰਕੇ ਭਰ ਕੇ ਰੱਖਤਾ। ਅਤੇ ਆਹ ਐਮ ਪੀ ਫਲੋ ਵਾ, ਵੇਖਾਂਗੇ ਹੁਣ ਇਹਨੂੰ ਕੀ ਕਰਦੇ ਹਾਂ, ਸੁਸਾਇਟੀ 'ਚ ਲੈਣ ਆਏ ਹਾਂ। ਐਮ ਪੀ ਫਲੋ ਤਾਂ ਆਪਾਂ ਲਏ ਸੀ ਪਾ, ਅਤੇ ਹੁਣ ਆਪਾਂ ਖੇਤ ਨੂੰ ਜਾਣਦੇ ਹਾਂ। ਖੇਤ ਆਪਾਂ ਦੂਸਰੇ ਫਾਰਮ 'ਚ ਜਾਂਦੇ ਹਾਂ, ਦੂਜੇ ਫਾਰਮ 'ਤੇ ਜਾ ਕੇ ਵੇਖਾਂਗੇ ਟਰੈਕਟਰ ਦਾ ਰਿਸਪੋਂਸ ਕਿਵੇਂ ਖਿੱਚਦਾ, ਕੀ ਕੰਮ ਕਰਦੇ ਹਾਂ, ਹੁਣ ਉੱਥੇ ਜਾ ਕੇ ਪਤਾ ਲੱਗੂ। ਚਲੋ ਮਿਲਦੇ ਹਾਂ ਜਾ ਕੇ ਆਪਾਂ ਫਾਰਮ 'ਤੇ। ਪਹਿਲਾਂ ਇੱਦਾਂ ਸਿਆੜਾਂ 'ਚ ਪਰਾਲੀ ਸੀ, ਉੱਦਾਂ ਕੰਮ ਨਹੀਂ ਪਾਉਂਦਾ, ਪਰਾਲੀ ਫਸ ਜਾਂਦੀ ਸੀ ਪਲੋਆਂ ਦੇ ਵਿੱਚ। ਆ ਪਰਾਲੀ ਖਿਲਾ ਰਹੀ ਹੈ, ਅਤੇ ਖਿਲਾਰ ਕੇ ਵੇਖੋ ਵੇਟ ਵੀ ਰੱਖੇ ਅੱਗੇ ਬੋਰਾ ਭਰ ਕੇ ਮਿੱਟੀ ਦਾ। ਤਲੀ ਆਉਂਦੀਆਂ ਕੰਮ ਪਲਟੀ ਆਉਂਦੀਆਂ। ਕੀ ਰਿਸਪੋਂਸ ਹੈ, ਅੱਗੇ ਖਲੋਤਾ ਜਾਵੇ ਬਣਾ ਦਾਂਗੇ, ਟੈਂਸ਼ਨ ਕਿਉਂ ਲੈਂਦਾ। ਟਰੈਕਟਰ ਦੇ ਵਿੱਚ ਨਾ ਕੋਈ ਟਾਇਰਾਂ 'ਚ ਪਾਣੀ ਆ, ਸਲੀਟਿੰਗ ਵੇਖ ਲਓ ਟਰੈਕਟਰ ਦੀ, ਐਂਟੀ ਫਲੋ ਪੂਰਾ ਵਿੱਚ ਲੱਗਣ ਦਿਆ। ਟਰੈਕਟਰ ਦੇ ਉੱਤੇ ਕੋਈ ਲੋਡ ਨਹੀਂ, ਖਾਲੀ ਟਰੈਕਟਰ ਦੇ ਅੱਗੇ ਬੋਰੀ ਰੱਖੀ, ਤਾਂ ਵੀ ਥੋੜ੍ਹੀ ਵੇਟ ਦੀ ਕਮੀ ਆ, ਟਰੈਕਟਰ ਕੌਣ ਖਾਊਗਾ।
ਮੈਸੀ ਫਰਕੂਸ਼ਨ 7250 ਟਰੈਕਟਰ ਹੈ, ਇਹ ਆਪਣਾ ਐਮ ਪੀ ਬਲੋਅ 'ਤੇ ਚੱਲਣ ਦਿਆ, ਪਰਾਲੀ ਖਿਲਾਰੀ ਹੋਈ ਆ, ਟਰੈਕਟਰ ਦੇ ਗੁੱਟੀ 'ਚ ਕੋਈ ਸਲਿੱਪ ਨਹੀਂ, ਵੇਖੋ ਪੱਟ ਤਾਂ ਆਉਂਦਾ ਥੱਲੋਂ ਜ਼ਮੀਨ ਪੂਰੀ, ਬਹੁਤ ਵਧੀਆ ਹਰ ਪੋ ਬਹੁਤ ਵਧੀਆ ਚੱਲਣ ਦਿਆ।